ਮੈਂ ਸਮਝਦਾ ਕਿ ਜਿੰਨਾ ਉੱਚਾ ਤੁਸੀਂ ਇਹ ਕੱਟ ਆਊਟ ਜਾਰੀ ਕੀਤਾ ਉਨਾ ਹੀ ਕੱਦ ਤੁਸੀਂ ਪੰਜਾਬੀ ਫਿਲਮ ਚ ਉੱਚਾ ਕੀਤਾ। ਬਹੁਤ ਬਹੁਤ ਸ਼ੁਕਰੀਆ ਭਾਈ। ਤੁਸੀਂ ਕੀ ਦੇਖਦੇ ਹੋ ਕਿ ਪਹਿਲੀ ਵਾਰੀ ਤੁਸੀਂ ਮੈਡਲ ਲਈ ਇਹ ਚੀਜ਼ ਲੈ ਕੇ ਆਏ ਸੀ? ਹਾਂਜੀ ਹਾਂਜੀ, ਦੂਜੀ ਵਾਰੀ ਕਰ ਰਹੇ ਹਾਂ। ਹਾਂਜੀ, ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਐਂਡ ਉਹਨਾਂ ਪ੍ਰੋਡਿਊਸਰਸ ਦਾ ਵੀ, ਕਿਉਂਕਿ ਗੌਰਵ ਦੀਕਸ਼ਿਤ ਤੇ ਜਸੀ ਉਹਨਾਂ ਨੇ ਬਹੁਤ ਸਪੋਰਟ ਕੀਤਾ ਸੀ ਐਂਡ ਉਹਨਾਂ ਨੇ ਇਸ ਆਈਡੀਆ ਨੂੰ ਪੂਰਾ ਕੀਤਾ ਐਂਡ ਨਾਓ ਥਿਨ ਮੋਸ਼ਨ ਪਿਕਚਰਸ ਐਂਡ ਜੈਪ ਸਟੂਡੀਓਜ਼, ਜਦੋਂ ਮੈਂ ਇਹਨਾਂ ਨੂੰ ਕਿਹਾ ਇਦਾਂ ਕਰੀਏ ਤਾਂ ਇਹਨਾਂ ਨੇ ਵੀ ਪੂਰਾ ਕੀਤਾ। ਸੋ ਇਟਸ ਲਾਈਕ ਕਿ ਜਦੋਂ ਤੁਸੀਂ ਟੀਮ ਐਜ਼ ਅ ਟੀਮ ਕੰਮ ਕਰਦੇ ਆ ਤਾਂ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਤਾਂ ਉਸ ਚੀਜ਼ ਨੂੰ ਆਪਾਂ ਪੋਸੀਬਲ ਕਰ ਦਿੰਦੇ ਆ। ਤੇ ਉਸ ਤੋਂ ਜ਼ਿਆਦਾ ਥੈਂਕ ਯੂ ਆਡੀਅੰਸ ਦਾ, ਕਿਉਂਕਿ ਪਿਛਲੀ ਵਾਰੀ ਜਦੋਂ ਕੀਤਾ ਤਾਂ ਬੜਾ ਪਿਆਰ ਦਿੱਤਾ ਸੀ ਸਾਰਿਆਂ ਨੇ ਕਿ ਇੱਕ ਨਵੀਂ ਚੀਜ਼ ਹੋਈ ਆ। ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਅਸੀਂ ਹੌਲੀ ਹੌਲੀ ਨੰਬਰ ਆਫ ਸਿਟੀਜ਼ 'ਚ ਵਧਾਈਏ। ਹੁਣ ਮੋਹਾਲੀ 'ਚ ਆ, ਫਿਰ ਇੱਦਾਂ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ, ਮਾਨਸਾ, ਐਵਰੀਵੇਅਰ ਹੋਣਾ ਚਾਹੀਦਾ। ਸੋ ਥੈਂਕ ਯੂ ਇਹਦਾ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਇਹ ਕਿੱਦਾਂ ਹੁੰਦਾ। ਬਸ ਇੰਨਾ ਹੁੰਦਾ ਕਿ ਜੋ ਤੁਹਾਡੀਆਂ ਅੱਖਾਂ ਕਹਿ ਰਹੀਆਂ, ਜੋ ਤੁਹਾਡਾ ਦਿਲ ਕਹਿ ਰਿਹਾ, ਉਹ ਤੁਹਾਡੀ ਜ਼ਬਾਨ ਤੇ ਹੋਣਾ ਚਾਹੀਦਾ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੰਦਾ ਕਹਿ ਕੁਛ ਰਿਹਾ ਹੁੰਦਾ ਤੇ ਉਹਦਾ ਦਿਲ ਕੁਛ ਹੋਰ, ਮੂੰਹ ਕੁਛ ਹੋਰ ਕਹਿ ਰਿਹਾ ਹੁੰਦਾ। ਜਦੋਂ ਦਿਲ ਤੇ ਅੱਖਾਂ ਤੇ ਮੂੰਹ ਮੈਚ ਕਰ ਜਾਂਦਾ ਤੇ ਫਿਰ ਸ਼ਾਇਦ ਉਹ ਕਨੈਕਸ਼ਨ ਬਣ ਜਾਂਦਾ ਲੋਕਾਂ ਦਾ। ਭਾਈ ਮਦਰ ਡੇ ਯਾਰ। ਹਾਂਜੀ, ਤੁਸੀਂ ਆਪਦਾ ਕੱਟੋ। ਹਾਂ, ਤੁਸੀਂ ਮੇਰੇ ਮੰਮੀ ਦੀ ਵੀਡੀਓ ਦੇਖੀ? ਤੇ ਉਹ ਬੜਾ ਵਧੀਆ, ਸਵੇਰੇ ਮੰਮੀ ਕਹਿੰਦੇ ਕਿ ਅੱਜ ਮਦਰ ਡੇ ਆ, ਤੇ ਫਿਰ ਮੈਂ ਕਿਹਾ ਅੱਛਾ ਚਲੋ ਫਿਰ, ਤੇ ਕਹਿੰਦੇ ਚੱਲ ਫਿਰ ਮੇਰੀ ਇੱਕ ਵੀਡੀਓ ਬਣਾ। ਕਿ ਮੈਂ ਕਿਹਾ ਕਿ ਤੁਸੀਂ ਕੀ ਕਹੋਗੇ, ਤੇ ਕਹਿੰਦੇ ਤੂੰ ਵੀਡੀਓ ਬਣਾ। ਫਿਰ ਮੈਂ ਉਹਨਾਂ ਨੂੰ ਆਪਾਂ ਵੀਡੀਓ ਬਣਾਈ ਤੇ ਉਹ ਵੀਰੇ, ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜਾ ਕੰਮ ਆ ਨਾ, ਇਹ ਥੋੜਾ ਸ਼ੋਅ ਬਿਜ਼ਨਸ ਦਾ ਕੰਮ ਆ, ਸੋ ਫੈਮਿਲੀ ਇਸ ਚੀਜ਼ ਤੋਂ ਦੂਰ ਰਹਿਣੀ ਚਾਹੀਦੀ ਆ। ਐਂਡ ਇਹ ਮੇਰੀ ਮੰਮੀ ਖੁਸ਼ੀ ਦੇ ਹਰ ਖੁਸ਼ੀ 'ਚ ਮੇਰੇ ਨਾਲ ਨੇ, ਪਰ ਇਹ ਆਪਣਾ ਕੰਮ ਸ਼ੋਅ ਬਿਜ਼ਨਸ ਦਾ, ਘਰ ਦੀ ਫੈਮਿਲੀ ਆਪਣੀ ਜਿਹੜੀ ਆ ਉਹ ਮੇਰੀ ਪਰਸਨਲ ਆ, ਮੇਰੀ ਮੰਮੀ ਆ ਉਹ, ਹਨਾ, ਤਾਂ ਉਹਨਾਂ ਨੂੰ ਘਰੇ ਠੀਕ ਨੇ ਉਹ। ਜਦੋਂ ਤੁਸੀਂ ਇਹ ਫਿਲਮ ਸਾਡੀ ਸੁਪਰ ਹਿੱਟ ਹੋ ਜੂਗੀ ਫਿਰ ਤੁਸੀਂ ਮੰਮੀ ਨੂੰ ਮਿਲਿਓ। ਰਾਈਟ ਸੋ ਭਾਜੀ, ਪੋਸਟਰਾਂ ਦੀ ਗੱਲ ਹੋ ਰਹੀ ਹੈ ਨਾ ਹੁਣ। ਹਾਂਜੀ, ਪੋਸਟਰ ਤੁਹਾਡੇ ਬੜੇ ਸਵੈਗ ਵਾਲੇ ਹੁੰਦੇ ਆ ਨਾ, ਹਾਂਜੀ, ਤੁਹਾਡੇ ਹੱਥ ਦੇ ਵਿੱਚ ਮਤਲਬ ਹੁੰਦਾ ਆ ਨਾ। ਹਾਂਜੀ, ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਤੁਹਾਡੇ ਹੱਥ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਬ ਵੀ ਆਊਗਾ, ਫਿਰ ਗੁਲਾਬ ਵਾਲੇ ਪੋਸਟਰ ਲੱਗਣਗੇ? ਹਾਂਜੀ, ਕਰ ਸਕਦੇ ਹਾਂ ਉਮੀਦ ਤੁਸੀਂ। ਤੇ ਗੁਲਾਬ ਜਿਹੜੇ ਆ ਉਹ ਮਤਲਬ ਵਧੀਆ ਲੱਗਦੇ ਹੁੰਦੇ ਮੁੰਡਿਆਂ ਦੇ ਹੱਥਾਂ 'ਚ, ਜਦੋਂ ਕੋਈ ਕੁੜੀ ਫੜਾਵੇ ਤੇ ਜਾਂ ਕੋਈ ਮੁੰਡਾ ਕੁੜੀ ਨੂੰ ਫੜਾਵੇ, ਸੋ ਇੱਕ 'ਚ ਕੋਈ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੀ ਆ। ਐਂਡ ਉਮੀਦ ਕਰ ਸਕਦੇ। ਹਾਂ ਦੀਪ ਜੀ, ਮੈਂ ਚਾਹੁੰਦਾ ਕਿ ਤੁਸੀਂ ਵੀ ਆਪਣੇ ਜਿਹੜੀ ਖੁਸ਼ੀ ਆ ਉਹ ਜ਼ਾਹਿਰ ਕਰੋ, ਕਿਉਂਕਿ ਏਡੇ ਵਧੀਆ ਤਰੀਕੇ ਨਾਲ ਪ੍ਰੈਜੈਂਟ ਹੋ ਰਹੀ ਹੈ ਤੁਹਾਡੀ ਮੂਵੀ। ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਦੀ ਡੈਬਿਊ ਫਿਲਮ ਅੰਦਰ ਬਹੁਤ ਸਾਰੀ ਖੁਸ਼ੀਆਂ ਹੋਣਗੀਆਂ, ਮੈਂ ਚਾਹੁੰਦਾ ਕਿ ਸਾਰੀਆਂ ਖੁਸ਼ੀਆਂ ਤੁਸੀਂ ਲੈ ਕੇ ਆਓ। ਥੈਂਕ ਯੂ ਸੋ ਮਚ, ਤੁਸੀਂ ਸਾਰੇ ਜਣੇ ਆਏ, ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ, ਐਂਡ ਇਸ ਤੋਂ ਵੱਧ ਖੁਸ਼ੀ ਕੀ ਕਾਟਿਸ ਦੇ ਲਈ ਹੁੰਦੀ ਹੈ ਕਿ ਇੰਨਾ ਜ਼ਿਆਦਾ ਲੋਕ ਪਿਆਰ ਕਰ ਰਹੇ ਆ, ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ ਆਪਣੇ ਆਪ ਨੂੰ ਇੰਨੀ ਵਧੀਆ ਜਗ੍ਹਾ ਤੇ ਦੇਖਣਾ, ਸੋ ਇਹ ਕਿਸੇ ਬਲੈਸਿੰਗ ਤੋਂ ਘੱਟ ਰਹੀ ਹੈ। ਬਾਕੀ 17 ਮਈ ਜਲਦੀ ਆ ਰਹੀ ਹੈ, 4-5 ਦਿਨ ਹੀ ਰਹਿ ਗਏ, ਸੋ ਮੈਂ ਵੇਟ ਕਰ ਰਹੀ ਹਾਂ ਉਸ ਦਿਨ ਦਾ ਤੇ ਦੇਖਦੇ ਹਾਂ ਕੀ ਬਣਦਾ ਹੈ। ਜੀ ਮੈਂ ਨਾ ਦੇਖ, ਮਤਲਬ ਮੈਨੂੰ ਬੜੀ ਵਧੀਆ ਲੱਗਦੀ ਹੈ ਚੀਜ਼, ਜਿਹੜੇ ਗਾਣੇ ਸੁਪਰ ਡੁਪਰ ਹਿੱਟ ਨੇ ਪੰਜਾਬ ਦੇ ਮਾਣ ਨੇ, ਫਿਰ ਤੁਸੀਂ ਉਹਨਾਂ ਨੂੰ ਰੀਕ੍ਰੀਏਟ ਕਰਦੇ ਹੋ, ਫਿਰ ਉਹਦੇ ਵਿੱਚ ਆਪ ਐਕਟ ਕਰਦੇ ਹੋ ਨਾ। ਬੜਾ ਬੜਾ ਸ਼ੁਕਰ ਹੈ। ਪਤਾ ਕੀ, ਮੈਨੂੰ ਰਵੀ ਭੈਣ ਤੇ ਜੈਕ ਭਾਈ ਮੈਨੂੰ ਥੋੜੇ ਦਿਨ ਪਹਿਲਾਂ ਕਹਿੰਦੇ ਕਿ ਦੇਖ ਜਿੰਨੇ ਵਧੀਆ ਗਾਣੇ ਨੇ ਪੁਰਾਣੇ ਉਹ ਸਾਰੇ ਪਰਮਾਤਮਾ ਨੇ ਆਪਣੀ ਝੋਲੀ ਪਾਏ ਆ, ਛੂਟ ਦਾ ਆਰਡਰ, ਹਿਟਲਰ, ਹਨਾ, ਮਿੱਤਰਾਂ ਲੈਣੀ ਮੁੱਲ ਦੀ ਲੜਾਈ, ਤੇ ਅੱਜ ਇਹਦੇ ਵਿੱਚ ਜੇ ਜੱਟ ਵੇੜੀਆਂ ਬਿੱਲੀਆਂ ਕਰ ਰੂ। ਸੋ ਬੜੀ ਕਿਰਪਾ ਪਰਮਾਤਮਾ ਦੀ, ਤੇ ਮੇਰੇ ਕੋਲੇ ਗਾਣੇ ਆ ਜਿੱਥੇ ਮੈਂ ਪਰਫਾਰਮ ਕਰ ਸਕਦਾ, ਜਦੋਂ ਮੈਂ ਆਡੀਅੰਸ 'ਚ ਜਾਣਾ, ਸੋ ਬੜਾ ਪਿਆਰ ਮਿਲਦਾ। ਹਾਂਜੀ ਹਾਂਜੀ, ਮੈਨੂੰ ਇਹ ਕੁਛ ਗਾਣੇ ਮੇਰੇ ਫੇਵਰੇਟ, ਕੁਛ ਗਾਣੇ ਮੇਰੇ ਬਾਪੂ ਦੇ ਫੇਵਰੇਟ ਆ। ਨਹੀਂ ਨਹੀਂ, ਮੈਂ ਤੁਹਾਨੂੰ ਦੱਸਿਆ ਕੁਛ ਮੇਰੇ ਫੇਵਰੇਟ, ਜਦੋਂ ਜੇ ਸ਼ੂਟ ਆਰਡਰ ਸਾਡਾ ਮੇਰਾ ਤੇ ਜਿੱਦਾਂ ਉਹ ਕੇਵੀ ਦਾ, ਸਾਡਾ ਦੋਵਾਂ ਦਾ ਫੇਵਰੇਟ ਗਾਣਾ ਸੀ, ਅਸੀਂ ਉਹ 'ਚ ਕੀਤਾ ਹਿਟਲਰ ਵੀ, ਜੇ ਆਲਟਾ ਜੇ ਜੱਟ ਵਿਕਟ ਗਿਆ ਬਿੱਲੀਆਂ, ਇਹ ਮੇਰੇ ਬਾਪੂ ਨੂੰ ਬਹੁਤ ਪਸੰਦ ਸੀ, ਤੇ ਇਹਦੇ ਲਈ ਅਸੀਂ ਬੜੀ ਮਿਹਨਤ ਵੀ ਕੀਤੀ, ਇੱਦਾਂ ਸੌਖਾ ਨਹੀਂ ਮਿਲਦਾ ਗਾਣਾ। ਬਟ ਥੈਂਕਸ ਟੂ ਡਾਕਟਰ ਜੂਸ ਭਾਜੀ ਜਿਨ੍ਹਾਂ ਨੇ ਦਿੱਤਾ ਗਾਣਾ ਸਾਨੂੰ, ਹਨਾ, ਤੇ ਬਹੁਤ ਵਧੀਆ ਡਾਕਟਰ ਭਾਜੀ ਨੇ, ਜਿਵੇਂ ਚਿੱਟੇ ਸੂਟ ਤੇ ਡਾਗ ਪੈਕ ਤੇ ਲੈ ਗਏ ਨੇ। ਹਾਂਜੀ ਹਾਂਜੀ ਹਾਂਜੀ, ਕੀਤਾ ਜਾ ਸਕਦਾ ਤੇ ਲੈ ਗਏ ਨੇ। ਤੁਸੀਂ ਇੰਜੋਏ ਕਰ ਰਹੇ ਹੋ ਸਾਰੀ ਮੂਮੈਂਟ? ਹਾਂਜੀ ਹਾਂਜੀ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਉਹ ਦੇਖ ਰਹੀ ਸੀ ਕਿ ਕਿੰਨਾ ਕਿੱਦਾਂ ਦਾ ਫੀਲ ਹੁੰਦਾ, ਪਰ ਸੱਚੀ ਚ ਬਹੁਤ ਬਹੁਤ ਵਧੀਆ ਫੀਲ ਹੋ ਰਿਹਾ। ਐਂਡ ਹਾਲੇ ਤਾਂ ਕੁਝ ਕਹਿਣ ਦੇ ਉਸ ਮੂਮੈਂਟ ਚ ਨਹੀਂ, ਇਸ ਮੂਮੈਂਟ ਨੂੰ ਇੰਜੋਏ ਕਰ ਰਹੀ ਹਾਂ। ਬਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਕਿ ਤੁਸੀਂ ਇੰਨਾ ਜ਼ਿਆਦਾ ਸਪੋਰਟ ਕਰ ਰਹੇ ਹੋ। ਸੋ ਭਾਜੀ ਤੁਹਾਡੇ ਵੀ ਕੀ ਕਹਿਣਾ ਚਾਹੋਗੇ ਕਿ ਪ੍ਰੋਡਿਊਸਰ ਦੀ? ਹਾਂ ਬਿਲਕੁਲ,
ਮੈਨੂੰ ਲੱਗਦਾ ਨਾ ਕਿ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਨੂੰ ਜੈ ਬਾਈ ਮਿਲਿਆ, ਕਿਉਂਕਿ ਇਹ ਇੰਨੀ ਸ਼ਿੱਦਤ ਦੇ ਨਾਲ ਪ੍ਰਮੋਟ ਕਰਦੇ ਆ, ਇਹਨਾਂ ਨੂੰ ਲੱਗਦਾ ਵੀ ਨਹੀਂ ਪ੍ਰੋਜੈਕਟ ਸਾਡਾ ਆਪਣਾ, ਇਹ ਆਪਣਾ ਫਰਜ਼ ਸਮਝ ਕੇ ਪ੍ਰਮੋਟ ਕਰਦੇ ਆ। ਹਾਂਜੀ ਹਾਂਜੀ, ਜੈ ਬਹੁਤ ਹੀ ਮਿਹਨਤੀ ਨੇ, ਸਾਰੇ ਜਿਹੜੇ ਇਹਨਾਂ ਨੇ ਕੀਤੇ ਨੇ ਐਕਸ਼ਨ ਸੀਨ ਸਾਰੇ ਖੁਦ ਕੀਤੇ ਆ, ਕਿੰਨੇ ਵੀ ਡੇਂਜਰਸ ਹੋਣ ਪਰ ਇਹਨਾਂ ਨੇ ਕੋਈ ਬਾਡੀ ਡਬਲ ਜਾਂ ਕੁਛ ਵੀ ਤੁਸੀਂ ਕਹਿ ਲਓ ਇਸ ਤਰ੍ਹਾਂ ਨਹੀਂ ਕੀਤਾ। ਮੈਂ ਖੁਦ ਦੇਖਿਆ ਸੀ ਸ਼ੂਟ 'ਤੇ ਔਰ ਇੰਨੀ ਜ਼ਿਆਦਾ ਮਿਹਨਤ ਲੱਗਣਾ, ਤੁਸੀਂ ਪਹਿਲੇ ਕਿਸੇ ਨੇ ਕਿਹਾ ਸੀ ਨਾ ਕਿ ਇੰਨੀ ਗਰਮੀ ਹੈ ਤੁਸੀਂ ਕਰ ਪਾਓਗੇ, ਇਹਨਾਂ ਦੀ ਕੁਛ ਨਹੀਂ ਹੈ ਕਿਉਂਕਿ ਇਹਨਾਂ ਦੀ ਡੈਡੀਕੇਸ਼ਨ ਇੰਨੀ ਜ਼ਿਆਦਾ ਆ ਔਰ ਇੰਨੇ ਜ਼ਿਆਦਾ ਮਿਹਨਤ ਦੇ ਨਾਲ ਔਰ ਇੰਨੇ ਪੈਸ਼ਨ ਦੇ ਨਾਲ ਆਪਣਾ ਕੰਮ ਕਰਦੇ, ਇਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਹ ਕੰਮ ਕਰ ਰਹੇ ਆ। ਤੁਸੀਂ ਇਹਨਾਂ ਨੂੰ ਦੇਖੋਗੇ ਜਦੋਂ ਮੂਵੀ ਵੀ ਬਣ ਰਹੀ ਸੀ ਉਦੋਂ ਮੈਂ ਦੇਖੀ ਸੀ ਮੇਕਿੰਗ ਹੁੰਦਿਆਂ, ਇਹ ਸਿਰਫ ਆਪਣਾ ਹੀ ਨਹੀਂ ਦੇਖ ਰਹੇ ਸੀ, ਇਹਨਾਂ ਨੂੰ ਸੀ ਕਿ ਸਾਰੇ ਕੀ ਕਰ ਰਹੇ ਆ। ਜਿੱਦਣ ਇਹਨਾਂ ਦਾ ਨਹੀਂ ਵੀ ਸ਼ੂਟ ਸੀ ਉਸ ਦਿਨ ਵੀ ਜਾ ਕੇ ਦੇਖਦੇ ਸੀ ਕਿ ਸਾਰਾ ਕੁਛ ਵਧੀਆ ਵਧੀਆ ਹੋ ਰਿਹਾ, ਸਾਰਾ ਕਿਸ ਤਰ੍ਹਾਂ ਚੱਲ ਰਿਹਾ ਔਰ ਸਪੋਰਟ ਦੀਪ ਨੂੰ ਤੁਸੀਂ ਪੁੱਛੋ ਕਿੰਨਾ ਸਪੋਰਟ ਕਰਦੇ ਆ। ਔਰ ਈਚ ਐਂਡ ਐਵਰੀ ਵਨ ਨੂੰ ਭਾਵੇਂ ਜਿਹੜਾ ਵੀ ਕੋਈ ਛੋਟਾ ਆਰਟਿਸਟ ਆ, ਵੱਡਾ ਆਰਟਿਸਟ ਆ, ਕੋਈ ਵੀ ਆ, ਜਿੱਦਾਂ ਇਹਨਾਂ ਨੂੰ ਮੈਂ ਦੇਖਿਆ ਹਰ ਇੱਕ ਚੀਜ਼ 'ਚ ਬਹੁਤ ਛੋਟੀ ਛੋਟੀ ਚੀਜ਼ 'ਚ ਇਨਵੋਲਵਮੈਂਟ ਰੱਖਦੇ, ਪ੍ਰੋਡਕਟ ਪਾ ਕੇ ਬਹੁਤ ਸਪੋਰਟ ਬਣ ਗਿਆ। ਔਰ ਜੈਬ ਸਟੂਡੀਓਜ਼ ਨੇ ਪਹਿਲੇ ਫਿਲਮ ਆ ਅਤੇ ਬਹੁਤ ਸਾਰਾ ਪਿਆਰ ਦਿਓ, ਫਿਲਮ ਮੋਸ਼ਨ ਦੇ ਨਾਲ ਕੋਲੈਬਰੇਟ ਕਰਕੇ ਅਸੀਂ ਫਿਲਮ ਬਣਾ ਰਹੇ ਹਾਂ। ਥੈਂਕ ਯੂ ਜਗਪ੍ਰੀਤ ਦਾ ਕਿ ਇਹਨਾਂ ਨੇ ਮੈਨੂੰ ਲਿਸਨ ਕੀਤਾ ਔਰ ਇਹ ਫਿਲਮ ਬਣਾਈ, ਕਿਉਂਕਿ ਇਹਨਾਂ ਨੂੰ ਐਂਟਰਟੇਨਮੈਂਟ ਇੰਡਸਟਰੀ 'ਚ ਇੰਨਾ ਕੁਛ ਹੈ ਨਹੀਂ ਸੀ ਇੰਟਰਸਟ, ਪਰ ਜਦੋਂ ਜੈ ਦੀ ਮੂਵੀ ਦੇਖੀ ਆ ਸ਼ੂਟਰ, ਜਦੋਂ ਜੈ ਦੀ ਮੂਵੀ ਦੇਖੀ ਆ ਮੈਡਲ, ਹਾਂਜੀ, ਤਾਂ ਫਿਰ ਉਹ ਬਾਰ ਬਾਰ ਦੇਖੀ ਅਸੀਂ ਔਰ ਫਿਰ ਇਹਨਾਂ ਨੇ ਕਿਹਾ ਲੈਟਸ ਗੋ, ਇਹ ਵਾਲੀ ਮੂਵੀ ਆਪਾਂ ਜ਼ਰੂਰ ਕਰਨੀ ਆ। ਉਹ ਫਿਲਮ ਬਹੁਤ ਸੋਹਣੀ ਬਣੀ ਆ, ਜੇ ਜੱਟ ਵਿਗੜ ਗਿਆ 17th of May, ਪਲੀਜ਼ ਸ਼ਾਵਰ ਯੂਰ ਆਲ ਯੂਰ ਲਵ। ਔਰ ਇਹਨਾਂ ਨੂੰ ਸਪੋਰਟ ਕਰੋ, ਟੈਨਸ਼ਨ ਫ੍ਰੀ ਹੈ ਕਿਉਂਕਿ ਕੋਈ ਗੱਲ ਨਹੀਂ, ਜਾਇ ਹੈਗਾ ਆਪਣੇ ਸਾਹਮਣੇ। ਟ੍ਰੇਲਰ ਤਾਂ ਤੁਸੀਂ ਦੇਖ ਲਿਆ, ਉਸ ਤੋਂ ਬਹੁਤ ਸਾਰਾ ਜ਼ਿਆਦਾ ਪਿਆਰ ਦਿਓ ਭਾਈ ਤੁਹਾਡੇ ਦਿਲ ਦੇ ਵਿੱਚ। ਸਪੈਸ਼ਲ ਥੈਂਕਸ ਟੂ ਮੇਰਾ ਵੱਡਾ ਵੀਰ ਦਲਜੀਤ ਸਿੰਘ, ਜਿਹਨੇ ਸਾਨੂੰ ਓਪਰਚੁਨਿਟੀ ਦਿੱਤੀ ਹੈ ਜੈਬ ਸਟੂਡੀਓ ਨੂੰ ਨਾਲ ਐਜ਼ ਅ ਟੀਮ। ਮੈਂ ਤੁਹਾਡਾ ਸ਼ੁਕਰ ਕਰਦਾ, ਸਾਰੀ ਆਉਣੀਆਂ ਦਾ ਸ਼ੁਕਰ ਕਰਦਾ, ਸਾਰਾ ਮੈਂ ਤੁਹਾਡੇ ਹੱਥ ਆ। ਐਂਡ ਮੈਂ ਛੋਟੀ ਜੀ, ਮੈਂ ਬੜਾ ਛੋਟਾ, ਮੈਨੂੰ ਮਤਲਬ ਗੱਲ ਕਰਨ ਦਾ ਜਿੰਨਾ ਕੁ ਟਾਈਮ ਤੱਕ ਕਿਤੇ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫੀ ਦਿਓ। ਅਤੇ ਇੱਕ ਜਿਹੜੀ ਜਿਹੜੀ ਚੀਜ਼ ਆ ਜਿਹੜੀ ਸਾਡੇ ਲਈ ਸਾਡਾ ਫਰਜ਼ ਆ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਪੰਜਾਬੀ ਸਿਨੇਮੇ ਦੀ ਰਿਸਪੈਕਟ ਕਰਨੀ ਚਾਹੀਦੀ ਆ, ਸਾਡੇ ਰਿਸਪੈਕਟਿਡ ਸੁਰਜੀਤ ਪਾਤਰ ਸਾਹਿਬ ਜਿਹਨਾਂ ਦੀ ਕੱਲ੍ਹ ਦੇਹਾਂਤ ਹੋਇਆ, ਸੋ ਮੈਂ ਚਾਹੁੰਦਾ ਯਾਰ ਇੱਕ ਇਹ 5 ਸੈਕਿੰਡ ਅਰਦਾਸ ਕਰੀਏ ਕਿ ਉਹਨਾਂ ਦਾ ਪਰਿਵਾਰ ਜੋ ਕਿਸੇ ਵੀ ਮੁਸ਼ਕਲ ਟਾਈਮ 'ਚੋਂ ਨਿਕਲ ਰਿਹਾ ਤਾਂ ਜੋ ਵੀ ਉਹ ਮਹਿਸੂਸ ਕਰ ਰਹੇ ਨੇ ਉਹਦੇ 'ਚ ਪਰਮਾਤਮਾ ਉਹਨਾਂ ਨੂੰ ਸੁੱਖ ਸ਼ਾਂਤੀ ਬਖਸ਼ੇ, ਸੋ ਬਸ ਉਹਨਾਂ ਲਈ ਇੱਕ